ਅਕਸਰ ਹੀ ਬੱਚਿਆਂ ਨੂੰ ਸਕੂਲ ਜਾਂਦੇ ਤਾਂ ਸਾਰਿਆਂ ਨੇ ਵੇਖਿਆ ਹੋਵੇਗਾ। ਅੱਜ ਤੁਹਾਨੂੰ ਇੱਕ ਅਜਿਹਾ ਸਕੂਲ ਦਿਖਾਉਂਦੇ ਹਾਂ ਜਿਹੜਾ ਸਕੂਲ ਚੱਲ ਕੇ ਖੁਦ ਬੱਚਿਆਂ ਦੇ ਕੋਲੇ ਪਹੁੰਚਦਾ ਹੈ। ਇੱਕ ਵਾਰ ਤਸਵੀਰਾਂ ਵੇਖ ਲਓ। ਤਸਵੀਰਾਂ ਦੇ ਵਿੱਚ ਇੱਕ ਤੁਹਾਨੂੰ ਟਰਾਲੀ ਨਜ਼ਰ ਆ ਰਹੀ ਹੈ ਜਿਹੜੀ ਕਿ ਚੱਲ ਕੇ ਉਸ ਜਗ੍ਹਾ 'ਤੇ ਪਹੁੰਚਦੀ ਹੈ ਜਿਸ ਜਗ੍ਹਾ ਦੇ ਉੱਪਰ ਬੱਚਿਆਂ ਨੂੰ ਸਟੱਡੀ ਦੀ ਲੋੜ ਹੁੰਦੀ ਹੈ। ਜਿਹੜੇ ਸਲੱਮ ਏਰੀਆ ਨੇ ਉਹਨਾਂ ਏਰੀਆ ਦੇ ਵਿੱਚ ਇਹ ਮੋਬਾਈਲ ਸਕੂਲ ਵੈਨ ਪਹੁੰਚਦੀ ਹੈ ਜਿਸ ਦਾ ਨਾਮ ਹੈ ਗੁੱਡਵਿਲ ਮੋਬਾਈਲ ਸਕੂਲ ਵੈਨ। ਇਹ ਪਿਛਲੇ 5 ਤੋਂ 6 ਸਾਲਾਂ ਤੋਂ ਇਸੇ ਤਰ੍ਹਾਂ ਦੀ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੀ ਹੈ, ਤਾਲੀਮ ਦੇ ਰਹੀ ਹੈ ਔਰ ਲਗਾਤਾਰ ਉਹਨਾਂ ਸਲੱਮ ਏਰੀਆ ਦੇ ਵਿੱਚ ਵਿਜ਼ਿਟ ਕਰਦੀ ਹੈ ਇਹ ਟਰਾਲੀ ਔਰ 9 ਮਹੀਨੇ ਦੇ ਕਰੀਬ ਇਹ ਸਕੂਲ ਹੈ ਜਿਹੜਾ ਖੁਦ ਚੱਲ ਕੇ ਉਹਨਾਂ ਬਸਤੀਆਂ ਦੇ ਵਿੱਚ ਜਾਂਦਾ ਹੈ, ਉਹਨਾਂ ਬੱਚਿਆਂ ਤੱਕ ਪਹੁੰਚ ਕਰਦਾ। ਤੁਸੀਂ ਇੱਕ ਵਾਰ ਅੰਦਰ ਸਕੂਲ ਦੀਆਂ ਤਸਵੀਰਾਂ ਵੀ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਕੂਲ ਦਾ ਨਿਰਮਾਣ ਕੀਤਾ ਗਿਆ। ਇਸ ਟਰਾਲੀ ਦੇ ਉੱਪਰ ਪਹਿਲਾਂ ਬੋਰਡਸ ਦੇ ਨਾਲ ਲੱਕੜ ਦੇ ਨਾਲ ਇਸ ਨੂੰ ਪੂਰਾ ਕਵਰ ਕੀਤਾ ਹੋਇਆ ਔਰ ਬੱਚਿਆਂ ਨੂੰ ਸਮਝਾਉਣ ਦੇ ਲਈ ਅਲੱਗ ਅਲੱਗ ਲੈਂਗੁਏਜ ਦੇ ਵਿੱਚ ਦਰਸਾਇਆ ਗਿਆ ਕਿ ਆਖਿਰਕਾਰ ਕਿਸ ਤਰ੍ਹਾਂ ਐਜੂਕੇਸ਼ਨ ਹੈ ਬੱਚਿਆਂ ਤੱਕ ਪਹੁੰਚਦੀ ਕਰਨੀ ਹੈ। ਇੱਕ ਵਾਰ ਤਸਵੀਰਾਂ ਬੱਚਿਆਂ ਦੀਆਂ ਵੇਖੋ ਕਿ ਬੜੇ ਛੋਟੇ ਛੋਟੇ ਮਾਸੂਮ ਬੱਚੇ ਨੇ ਜਿਹੜੇ ਇੱਥੇ ਬੈਠ ਕੇ ਟੀਚਰ ਦੇ ਕੋਲੇ ਤਾਲੀਮ ਹਾਸਲ ਕਰਦੇ ਨੇ। ਆਪਾਂ ਗੱਲਬਾਤ ਟੀਚਰ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਕਦੋਂ ਕਨਸੈਪਟ ਕੰਮ ਦੇ ਵਿੱਚ ਆਇਆ ਔਰ ਕਦੋਂ ਤੋਂ ਇਹ ਜਿਹੜੀ ਸੰਸਥਾ ਹੈ ਇਹ ਸਕੂਲ ਨੂੰ ਚਲਾ ਰਹੀ ਹੈ। ਆਪਾਂ ਗੱਲਬਾਤ ਵੀ ਕਰਦੇ ਹਾਂ। ਮੈਡਮ ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਮੈਮ ਕਿੰਨਾ ਟਾਈਮ ਹੋ ਗਿਆ ਸਕੂਲ ਨੂੰ ਚੱਲਦੇ ਔਰ ਆਈਡੀਆ ਕਿਵੇਂ ਸੰਸਥਾ ਦੇ ਮਨ ਦੇ ਵਿੱਚ ਆਇਆ ਕਿ ਇਸ 'ਤੇ ਕੰਮ ਕੀਤਾ ਜਾਵੇ? ਇਹ ਗੁੱਡਵਿਲ ਮੋਬਾਈਲ ਸਕੂਲ ਦੀ ਤਰਫੋਂ ਚਲਾਇਆ ਜਾਂਦਾ ਹੈ ਸਕੂਲ। ਇਹ ਸਕੂਲ ਨੂੰ ਸਰ ਸਾਡੇ ਪੀ ਸੀ ਗਰਗ ਸਰ ਔਰ ਕੇ ਗਰਗ ਸਰ ਜਿਹੜੇ ਨੇ ਉਹ ਚਲਾਉਂਦੇ ਨੇ। ਇਹ ਸਕੂਲ ਸਰ ਸਾਡਾ ਜਿਹੜਾ ਨੇ ਉਹ 2005 ਤੋਂ ਚੱਲਦਾ ਆ ਰਿਹਾ ਹੈਗਾ ਇਹ ਸਕੂਲ ਸਰ। ਸਰ ਸਾਡੇ ਦਿਮਾਗ 'ਚ ਇਹ ਗੱਲ ਮਤਲਬ ਕਿ ਤਾਂ ਹੈ ਕਿਉਂਕਿ ਸਰ ਕਿ ਜਿਹੜੇ ਸਲੱਮ ਏਰੀਆ ਦੇ ਬੱਚੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਐਜੂਕੇਸ਼ਨ ਪ੍ਰੋਪਰ ਪ੍ਰੋਵਾਈਡ ਨਹੀਂ ਹੋ ਪਾਉਂਦੀ ਆਪਾਂ ਕਹਿ ਸਕਦੇ ਹਾਂ, ਜਾਂ ਫਿਰ ਮਤਲਬ ਕਿ ਉਹਨਾਂ ਦੇ ਪੇਰੈਂਟਸ ਦੀ ਫੇਵਰ ਸਿਚੁਏਸ਼ਨ ਇੱਦਾਂ ਹੋ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲ ਦੇ ਵਿੱਚ ਨਹੀਂ ਭੇਜ ਸਕਦੇ। ਕਈ ਕੁਛ ਮਾਈਗ੍ਰੇਟ ਹੋ ਕੇ ਆਉਂਦੇ ਨੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੁੰਦੇ ਨੇ। ਤਾਂ ਕਰਕੇ ਸਰ ਅਸੀਂ ਇਹ ਮਤਲਬ ਕਿ ਗੁੱਡਵਿਲ ਮੋਬਾਈਲ ਸਕੂਲ ਕ੍ਰੀਏਟ ਕੀਤਾ ਤਾਂ ਕਿ ਅਸੀਂ ਸਲੱਮ ਏਰੀਆ ਦੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਸਕੀਏ। ਕਿਵੇਂ ਲੋਕੇਸ਼ਨ ਆਈਡੈਂਟੀਫਾਈ ਕਰਦੇ ਹੋ? ਕਿੰਨੀ ਟਾਈਮ ਇਹ ਟਰਾਲੀ ਵਾਲਾ ਸਕੂਲ ਹੈ, ਮੋਬਾਈਲ ਸਕੂਲ ਹੈ, ਉੱਥੇ ਜਾ ਕੇ ਰੁਕਦਾ ਹੈ ਔਰ ਕਿਵੇਂ ਅੱਗੇ ਖੁੱਲ੍ਹਦਾ ਹੈ? ਸਰ ਗੁੱਡਵਿਲ ਮੋਬਾਈਲ ਸਕੂਲ ਜਿਹੜਾ ਸਰ ਇਹ 1 ਸਾਲ ਲਈ ਮਤਲਬ ਕਿ ਇੱਕ ਜਗ੍ਹਾ 'ਤੇ ਰਹਿੰਦਾ, ਉਸ ਤੋਂ ਬਾਅਦ ਮਾਈਗ੍ਰੇਟ ਹੋ ਜਾਂਦਾ ਸਰ ਦੂਸਰੀ ਜਗ੍ਹਾ 'ਤੇ। ਸਰ ਅਸੀਂ ਮਤਲਬ ਕਿ ਬਠਿੰਡਾ 'ਚ ਇਹ ਚੀਜ਼ ਗੁੱਡਵਿਲ ਮੋਬਾਈਲ ਸਕੂਲ ਹੈਗਾ ਅਤੇ ਅਸੀਂ ਉਹ ਪੁਆਇੰਟ ਆਊਟ ਕੱਢਦੇ ਹੈਗੇ ਹਾਂ, ਲਿਸਟ ਆਊਟ ਨਿਕਾਲਦੇ ਹਾਂ ਵੀ ਕਿੱਥੇ ਕਿੱਥੇ ਸਾਨੂੰ ਸਲੱਮ ਏਰੀਆ ਹੈ, ਕਿੱਥੇ ਕਿੱਥੇ ਝੁੱਗੀ ਝੋਪੜੇ ਨੇ, ਤਾਂ ਕਿ ਉੱਥੋਂ ਦੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰ ਸਕੀਏ ਸਰ। ਇਹ ਸਰ ਤੁਸੀਂ ਸਕੂਲ ਦੇਖ ਸਕਦੇ ਹੋ, ਇਹ ਪੂਰਾ ਮਤਲਬ ਕੀ ਕਹਿੰਦੇ ਟਰੈਕਟਰ ਟਰਾਲੀ 'ਚ ਬਣਾਇਆ ਗਿਆ। ਇਹਦੇ ਵਿੱਚ ਪ੍ਰੋਪਰ ਵੈਂਟੀਲੇਸ਼ਨ ਹੈਗੀ ਹੈ ਤਾਂ ਕਿ ਬੱਚਿਆਂ ਨੂੰ ਕੋਈ ਵੀ ਦਿੱਕਤ ਨਾ ਆਏ। ਇੱਥੇ ਬੱਚਿਆਂ ਨੂੰ ਸਟੇਸ਼ਨਰੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਹੈ, ਤੁਸੀਂ ਦੇਖ ਸਕਦੇ ਹੋ ਬਲੈਕ ਬੋਰਡ ਵੀ ਅਵੇਲੇਬਲ ਹੈ ਤਾਂ ਕਿ ਬੱਚੇ ਆਸਾਨੀ ਨਾਲ ਕੋਈ ਵੀ ਚੀਜ਼ ਆ ਉਹ ਆਪਣੀ ਕਾਪੀਜ਼ 'ਤੇ ਲਿਖ ਸਕਣ। ਫੈਨ ਵਗੈਰਾ ਨੇ ਮਤਲਬ ਪੈਨਸਿਲ ਵਗੈਰਾ ਐਵਰੀਥਿੰਗ ਅਸੀਂ ਬੱਚੇ ਨੂੰ ਪ੍ਰੋਵਾਈਡ ਕਰ ਦਿਆਂਗੇ। ਬੱਚੇ ਤਾਲੀਮ ਹਾਸਲ ਕਰ ਚੁੱਕੇ ਨੇ, ਪੜ੍ਹ ਚੁੱਕੇ ਨੇ ਔਰ ਅੱਗੇ ਟੀਚਾ ਕੀ ਹੈ, ਕਿੱਥੋਂ ਤੱਕ ਲਿਜਾਣ ਦਾ ਟੀਚਾ ਹੈ, ਇਹ ਟਰਾਲੀਆਂ ਦੀ ਗਿਣਤੀ ਜਾਂ ਮੋਬਾਈਲ ਸਕੂਲ ਦੀ ਗਿਣਤੀ ਵਧਾਉਣ ਦਾ ਟੀਚਾ ਵੀ ਹੈ ਕੁਛ? ਬਿਲਕੁਲ ਸਰ, ਬਿਲਕੁਲ ਸਰ, ਸਾਡਾ ਮੋਟੀਵੇਸ਼ਨ ਸਾਡਾ ਮਤਲਬ ਇਹੀ ਹੈ ਵੀ ਅਸੀਂ ਇਹਨੂੰ ਜਿੰਨਾ ਹੋ ਸਕੇ ਅੱਗੇ ਤੋਂ ਅੱਗੇ ਵਧਾਉਂਦੇ ਜਾਈਏ। ਸਾਡੇ ਕੋਲ ਸਰ ਇਸ ਟਾਈਮ 'ਤੇ ਮਤਲਬ ਕਿ ਹਲੇ 42 ਸਟੂਡੈਂਟ ਆ ਰਹੇ ਨੇ 2 ਬੈਚਸ ਦੇ ਵਿੱਚ, ਅਤੇ ਸਰ ਜਿਹੜੇ ਅਸੀਂ ਪਿਛਲੇ ਪੜ੍ਹਾ ਕੇ ਆਏ ਹਾਂ ਅਸੀਂ ਉਹਨਾਂ ਦੇ ਬੱਚਿਆਂ ਨੂੰ ਮਤਲਬ ਕਿ ਜਿੰਨੀ ਅਸੀਂ ਉੱਥੇ ਮਤਲਬ ਪੜ੍ਹਾ ਸਕਦੇ ਉਹਨਾਂ ਪੜ੍ਹਾ ਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਰ ਗਵਰਨਮੈਂਟ ਸਕੂਲ ਦੇ ਵਿੱਚ ਐਡਮਿਟ ਕੀਤਾ ਹੈਗਾ। ਜਿਹੜੇ 5th ਕਲਾਸ ਦੇ ਬੱਚੇ ਨੇ ਜਿਹੜੇ ਮਤਲਬ ਕਿ ਇਹਨਾਂ ਦੀ ਏਜ ਹੋ ਜਾਂਦੀ ਹੈਗੀ, ਉਹਨਾਂ ਨੂੰ ਐਂਟਰੈਂਸ ਐਗਜ਼ਾਮ ਦਵਾ ਕੇ ਅਸੀਂ ਸਕੂਲ ਦੇ ਵਿੱਚ ਉਹਨਾਂ ਨੂੰ ਅਸੀਂ ਐਡਮਿਟ ਕਰਵਾ ਕੇ ਆਏ ਹਾਂ, ਫਿਰ ਅਸੀਂ ਉੱਥੋਂ ਹੀ ਮਾਈਗ੍ਰੇਟ ਹੋ ਕੇ ਅਸੀਂ ਸਰ ਜੋਗੀ ਨਗਰ ਬਠਿੰਡਾ 'ਚ ਆਏ। ਬਿਲਕੁਲ, ਬੱਚਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਿਰ ਬੱਚੇ ਕਿਵੇਂ ਦੇਖਦੇ ਨੇ, ਬੱਚੇ ਕਿਵੇਂ ਸੋਚਦੇ ਨੇ। ਛੋਟੇ ਛੋਟੇ ਨੰਨੇ ਮੁੰਨੇ ਬੱਚੇ ਨੇ, ਆਪਾਂ ਗੱਲਬਾਤ ਵੀ ਕਰਦੇ ਹਾਂ। ਬੱਚੇ ਕੀ ਨਾਮ ਹੈ ਤੁਹਾਡਾ, ਕਦੋਂ ਤੋਂ ਸਕੂਲ ਆ ਰਹੇ ਹੋ? ਕੈਸਾ ਲੱਗ ਰਿਹਾ ਯਹਾਂ ਪੇ ਪੜ੍ਹ ਰਹੇ ਹੋ, ਕਿਆ ਕਿਆ ਸਿੱਖ ਲਿਆ ਯਹਾਂ ਪੇ? ਬਹੁਤ ਅੱਛਾ ਲੱਗ ਰਿਹਾ, ਸਾਰਾ ਕੁਝ ਸਿੱਖ ਲਿਆ।
टीचर कैसे केयर करते हैं, स्कूल खुद चल के आपके घर के पास पहुंच गया, कैसे लग रहा है? कितने साथी और आपके साथ और कितने बच्चे पढ़ रहे हैं? 30 बच्चे। और बच्चों ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਬੱਚੇ ਕਿਵੇਂ ਸੋਚਦੇ ਨੇ, ਕਿਵੇਂ ਦੇਖਦੇ ਨੇ? ਬੇਟਾ ਕੀ ਨਾਮ ਹੈ ਤੁਹਾਡਾ? ਕਦੋਂ ਤੋਂ ਸਕੂਲ ਦੇ ਵਿੱਚ ਆ ਰਹੇ ਹੋ? ਜੀ ਸਰ। ਕਦ ਸੇ ਆ ਰਹੇ ਹੋ ਸਕੂਲ ਮੇ? 4 ਮਹੀਨੇ ਹੋ ਗਏ। 2 ਮਹੀਨੇ ਹੋ ਗਏ। ਕੈਸਾ ਲੱਗ ਰਿਹਾ ਯਹਾਂ ਪੇ? ਅੱਛੀ ਪੜ੍ਹਾਈ ਹੋ ਰਹੀ ਹੈ? ਬਿਲਕੁਲ। ਉਹ ਬੱਚੇ ਨੇ ਜਿਹੜੇ ਤਾਲੀਮ ਹਾਸਲ ਕਰ ਰਹੇ ਨੇ, ਛੋਟੇ ਛੋਟੇ ਬੱਚੇ ਨੇ, ਔਰ ਆਖਿਰਕਾਰ ਇਹ ਸਿੱਖਿਆ ਤੋਂ ਹਾਸਲ ਕਰਕੇ ਅੱਗੇ ਜਿਹੜੇ ਸਕੂਲ ਨੇ ਉਹਨਾਂ ਦੀ ਐਡਮਿਸ਼ਨ ਕਰਾਈ ਜਾਣੀ ਹੈ। ਮੋਬਾਈਲ ਸਕੂਲ ਹੈ ਜਿਹੜਾ, 1 ਸਾਲ ਦੇ ਕਰੀਬ ਉਹਨਾਂ ਮੁਹੱਲਿਆਂ ਦੇ ਵਿੱਚ ਰਹਿੰਦਾ, ਉਹਨਾਂ ਬਸਤੀਆਂ ਦੇ ਵਿੱਚ ਰਹਿੰਦਾ, ਜਿੱਥੇ ਜਾ ਕੇ ਇਹਨਾਂ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਿਆ ਜਾਂਦਾ ਹੈ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।